ਉਮੀਦ ਕਰਸਾਂ ਕਿ ਸਾਰੇ ਠੀਕ ਹੋ ਸੋ। ਅੱਜ ਦੀ ਖੂਬਸੂਰਤ ਵੀਡੀਓ ਔਰ ਖੂਬਸੂਰਤ ਵਿਲਾਗ 'ਤੇ ਤੁਹਾਡੇ ਸਾਰਿਆਂ ਦਾ ਵੈਲਕਮ। ਅਲਹਮਦੁਲਿਲਾ ਸਾਡਾ ਇੱਕ ਟਾਰਗੇਟ ਆਈ, ਉਹ ਕੰਪਲੀਟ ਹੋ ਗਿਆ। ਕਣਕ ਗਡਾਈ ਆਈ ਮਾਸ਼ਾਅੱਲਾ, ਕਣਕ ਵਾਹ ਵਾਹ ਹੋਈ ਖਲੀਏ। ਕੱਗਾ ਫਿਰਦਿਆਂ ਫੇਰ ਕੇ ਤੇ ਮੁੜ ਜਿਹੜਾ ਉਹ ਨਿਕਲਦੇ ਹਾਂ। ਇਹ ਹੈ ਜੀ ਉਹ ਗਲੋਰੀਆ ਪੈਲਸ ਮੈਰਿਜ ਹਾਲ, ਅਸੀਂ ਅੱਪੜ ਗਏ ਹਾਂ ਜਨਾਬ ਜੀ। ਸਨ 4-5 ਮਿੰਟ ਟਾਈਮ ਦੇ ਸਕਦੇ ਹੋ ਸਾਡੀ ਯੂਟਿਊਬ ਫੈਮਿਲੀ ਵਾਸਤੇ? ਸ਼ਰਾਫ ਦਾਸ ਸਾਹਿਬ ਹੈ, ਮਾਸ਼ਾਅੱਲਾ ਬਹੁਤ ਅੱਛੇ ਨਾਤ ਖਾਨ ਹੈ ਹਮਾਰੇ ਇਲਾਕੇ ਕੇ। ਬਹੁਤ ਸ਼ੁਕਰੀਆ। ਅੱਛੇ ਲੋਕ ਹੈ ਔਰ ਮੇਰੇ ਛੋਟੇ ਭਾਈ ਕੀ ਤਰ੍ਹਾਂ। ਅੱਲਾ ਦੀ ਜ਼ਾਤ ਦੇ ਦਿੱਤੇ ਹੋਏ ਵਿੱਚੋਂ ਅਗਰ ਤੁਸੀਂ ਅੱਲਾ ਦੀ ਮਖਲੂਕ ਤੇ ਲਾਉਂਦੇ ਹੋ ਤੇ ਮੇਰਾ ਖਿਆਲ ਹੈ ਕਿ ਤੁਸੀਂ ਖੁਸ਼ ਨਸੀਬ ਹੋ ਗਿਆ। ਅਸਲਾਮ ਅਲੈਕੁਮ ਰਹਿਮਤੁਲਾ, ਕੀ ਹਾਲ ਹੋ ਸਾਰਿਆਂ ਬੇਲੀਆਂ ਸੰਗੀਆਂ ਦੇ? ਠੀਕ ਹੋ? ਉਮੀਦ ਕਰਸਾਂ ਕਿ ਸਾਰੇ ਠੀਕ ਹੋ ਸੋ। ਅੱਜ ਦੀ ਖੂਬਸੂਰਤ ਵੀਡੀਓ ਔਰ ਖੂਬਸੂਰਤ ਵਿਲਾਗ 'ਤੇ ਤੁਹਾਡੇ ਸਾਰਿਆਂ ਦਾ ਵੈਲਕਮ। ਅੱਜ ਬੜੇ ਟਾਈਮ ਤੋਂ ਬਾਅਦ ਮੌਕਾ ਮਿਲਿਆ ਤੁਹਾਡੇ ਸਾਰਿਆਂ ਵਾਸਤੇ ਵਲੌਗ ਬਣਾਉਣ ਦਾ। ਮੈਂ ਸੋਚਿਆ ਕਿ ਚਲੋ ਅੱਜ ਤੁਹਾਡੇ ਨਾਲ ਵੀ ਕੋਈ ਇੱਕ ਪਿਆਰੀ ਜਿਹੀ ਬਾਤ ਸ਼ੇਅਰ ਕਰੀਏ। ਇਸ ਟਾਈਮ ਮੈਂ ਘਰ, ਅੱਜ ਕਾਫੀ ਟਾਈਮ ਤੋਂ ਬਾਅਦ ਮੈਨੂੰ ਇਸ ਤੋਂ ਮੌਕਾ ਮਿਲਿਆ ਵਲੌਗ ਬਣਾਉਣ ਦਾ, ਕਿਉਂਕਿ ਤੁਹਾਨੂੰ ਪਤਾ ਹੈ 2 ਤੋਂ 3 ਮਹੀਨੇ ਮੇਰੀਆਂ ਮਹਿਫਲਾਂ ਰਹੀਆਂ ਨੇ ਅਤੇ ਹੁਣ ਮੈਂ ਵਿਹਲਾ ਹੋਇਆ ਬਿਲਕੁਲ, ਅਤੇ ਮੈਂ ਸੋਚਿਆ ਕਿ ਖੂਬਸੂਰਤ ਜਿਹਾ ਵਲੌਗ ਬਣਾਇਆ ਜਾਵੇ। ਜਿਹੜੇ ਚੈਨਲ 'ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਛੱਡਿਆ ਹੈ, ਠੀਕ ਹੈ? ਜ਼ਿਆਦਾ ਫੋਰਸ ਨਹੀਂ ਕਰਨਾ। ਅਲਹਮਦੁਲਿਲਾ ਸਾਡਾ ਇੱਕ ਟਾਰਗੇਟ ਆਈ, ਉਹ ਕੰਪਲੀਟ ਹੋ ਗਿਆ। ਲੇਕਿਨ ਇਹ ਅਸੀਂ ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਹਾਂ, ਇਹ ਤੁਹਾਡੀ ਮੁਹੱਬਤ ਹੁੰਦੀ ਹੈ ਜਿਹੜਾ ਤੁਸੀਂ ਸਬਸਕ੍ਰਾਈਬ ਕਰਦੇ ਹੋ ਅਤੇ ਕਰ ਛੱਡਿਆ ਹੈ, ਬੈੱਲ ਆਈਕੋਨ ਨੂੰ ਵੀ ਪ੍ਰੈਸ ਕਰ ਛੱਡਿਆ ਹੈ। ਅੱਜ ਇੱਕ ਬੜੀ ਤੁਹਾਨੂੰ ਅੱਛੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ। ਕੁਝ ਦਿਹਾੜਿਆਂ ਤੋਂ ਤੁਸੀਂ ਸੁਣਦੇ ਵੀ ਪਏ ਹੋਣੇ ਹੋ ਸੋਸ਼ਲ ਮੀਡੀਆ 'ਤੇ, ਇੱਕ ਬੰਦੇ ਦੇ ਬੜੇ ਚਰਚੇ ਹੋ ਰਹੇ ਹਨ, ਇੱਕ ਨਹਾਇਤ ਹੀ ਅੱਛੇ ਸ਼ਖਸ ਨੇ, ਠੀਕ ਹੈ? ਮਜ਼ੀਦ ਤੁਹਾਨੂੰ ਥੰਬਨੇਲ ਤੋਂ ਵੀ ਪਤਾ ਚੱਲ ਗਿਆ ਹੋਣਾ ਹੈ। ਹੁਣ ਹੀ ਉੱਠਿਆ ਮੈਂ ਅਤੇ ਪਿੰਡੀ ਹਾਂ ਅਤੇ ਹੁਣ ਫਰੈਸ਼ ਹੁੰਦੇ ਹਾਂ, ਨਹਾ ਧੋ ਕੇ ਕੱਪੜੇ ਪਾਉਂਦੇ ਹਾਂ, ਪਾ ਕੇ ਨਾਸ਼ਤਾ ਮਾਰਦੇ ਹਾਂ, ਮਾਰ ਕੇ ਤਾਂ ਬਾਅਦ ਨਿਕਲਦੇ ਹਾਂ ਸ਼ਹਿਰ ਵਾਲੀ ਤਰਫ, ਠੀਕ ਹੈ? ਘਰਾਂ ਦੀ ਪਿਛਾਲੀ ਆਇਆ ਅਤੇ ਸੁਰਤ ਹਾਲ ਵੇਖੀ, ਆਈ ਤਾਂ ਮੈਂ ਵਾਹ ਵਾਹ ਦਿਹਾੜਿਆਂ ਬਾਅਦ ਪਿੱਛਾਂ ਘਰਾਂ ਦੇ ਨਿਕਲਿਆ। ਆਹ ਕਣਕ ਗਡਾਈ ਆਈ ਮਾਸ਼ਾਅੱਲਾ, ਕਣਕ ਵਾਹ ਵਾਹ ਹੋਈ ਖਲੀਏ। ਉਹ ਸਾਹਮਣੇ ਅੱਬੂ ਹਰੀ ਜਿਹੜੇ ਨੇ ਉਹ ਵੀ ਕੰਮ ਸ਼ੰਮ ਕਰਦੇ ਪੈਣ ਜੀ। ਨਹਾ ਲਿਆ ਅਤੇ ਨਹਾ ਕੇ ਹੁਣ ਕੱਪੜੇ ਚੇਂਜ ਕੀਤੇ ਨੇ। ਕੱਗਾ ਫਿਰਦਿਆਂ ਫੇਰ ਕੇ ਤੇ ਮੁੜ ਜਿਹੜਾ ਉਹ ਨਿਕਲਦੇ ਹਾਂ। ਹਾੜ ਬਾਬਾ ਕੀ ਆ ਗਈ ਹੈ? ਇਹ ਹੈ ਜੀ ਉਹ ਗਲੋਰੀਆ ਪੈਲਸ ਮੈਰਿਜ ਹਾਲ, ਅਸੀਂ ਅੱਪੜ ਗਏ ਹਾਂ ਜਨਾਬ ਅਤੇ ਜਾ ਕੇ ਅੰਦਰ ਵੇਖਦੇ ਹਾਂ ਡੱਬ ਸਾਹਿਬ ਕੀ ਕਰ ਰਹੇ ਹਨ। ਮੇਨ ਆਫਿਸ ਚਲਦੇ ਹਾਂ ਅਤੇ ਨਾਲੇ ਉਹਨਾਂ ਨਾਲ ਗੱਪ ਸ਼ੱਪ ਕਰਦੇ ਹਾਂ ਅਤੇ ਨਾਲੇ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਹਾਂ। ਚਲੋ ਜੀ ਅਸੀਂ ਪਹੁੰਚ ਗਏ ਜਨਾਬ ਗਲੋਰੀਆ ਦੇ ਮੇਨ ਆਫਿਸ, ਇਹ ਬੈਠੇ ਨੇ ਮਹਿਤਾਬ ਸਾਹਿਬ। ਅਸਲਾਮ ਵਾਲੇਕੁਮ ਜੀ, ਠੀਕ ਹੋ ਜੀ? ਸਿਹਤ ਠੀਕ ਹੈ? ਬਿਜ਼ੀ ਤਾਂ ਤੁਸੀਂ ਕਾਫੀ ਹੋ, ਲੇਕਿਨ ਕੋਈ ਸਨ 4-5 ਮਿੰਟ ਟਾਈਮ ਦੇ ਸਕਦੇ ਹੋ ਸਾਡੀ ਯੂਟਿਊਬ ਫੈਮਿਲੀ ਵਾਸਤੇ? ਸਰ ਬਹੁਤ ਸ਼ੁਕਰੀਆ। ਇਹ ਨੇ ਸਾਡੇ ਬਾਈ ਮਹਿਤਾਬ ਸਾਹਿਬ, ਔਰ ਮਾਸ਼ਾਅੱਲਾ ਬਹੁਤ ਅੱਛੀ ਸ਼ਖਸੀਅਤ ਨੇ, ਬੜਾ ਪਿਆਰ ਕਰਦੇ ਨੇ ਸਾਡੇ ਬਾਈ ਨੇ। ਚੰਦ ਦਿਨ ਤੋਂ ਤੁਸੀਂ ਫੇਸਬੁੱਕ ਸੋਸ਼ਲ ਮੀਡੀਆ 'ਤੇ ਜਿਹੜਾ ਉਹ ਕੁਝ ਨਿਊਜ਼ ਗਰਦਿਸ਼ ਕਰਦੇ ਵੇਖ ਰਹੇ ਹੋ ਕੋਟ ਮੋਮਨ ਦੇ ਹਵਾਲੇ ਨਾਲ, ਕਿ ਕੋਈ ਕਿਸੇ ਨੇ ਕਿਸ ਤਬਸਰੇ ਨਾਲ ਕੋਈ ਵੀਡੀਓ ਚਾੜੀ, ਕਿਸੇ ਨੇ ਕਿਸੇ ਗੱਲ ਨਾਲ ਕਿ ਫਲਾਂ ਨੇ ਇੰਝ ਕਰ ਦਿੱਤਾ, ਮੈਰਿਜ ਹਾਲ ਵਾਲੇ ਮਾਲਕ ਨੇ ਇੰਝ ਕਰ ਦਿੱਤਾ, ਅਤੇ ਸਾਨੂੰ ਵੀ ਬੜਾ ਫਖਰ ਮਹਿਸੂਸ ਹੋਇਆ, ਬੜਾ ਪ੍ਰਾਊਡ ਫੀਲ ਹੋਇਆ, ਅਤੇ ਅਸੀਂ ਜਿਹੜਾ ਉਹ ਬਾਈ ਨੂੰ ਤੋੜ ਆਏ ਹਾਂ ਐਪਰੀਸ਼ੀਏਟ ਕਰਨ ਵਾਸਤੇ, ਠੀਕ ਹੈ? ਬਾਈ ਦੀ ਜਿਹੜਾ ਇਹਨੇ ਬਹੁਤ ਅੱਛਾ ਕੰਮ ਕੀਤਾ, ਇਹਨਾਂ ਨੂੰ ਸਰਾਹਣ ਵਾਸਤੇ ਅਸੀਂ ਆਏ ਹਾਂ। ਜੀ ਕਰੀ ਸ਼ਰਾਫ ਦਾਸ ਸਾਹਿਬ ਹੈ, ਮਾਸ਼ਾਅੱਲਾ ਬਹੁਤ ਅੱਛੇ ਨਾਤ ਖਾਨ ਹੈ ਹਮਾਰੇ ਇਲਾਕੇ ਕੇ। ਬਹੁਤ ਸ਼ੁਕਰੀਆ। ਅੱਛੇ ਲੋਕ ਹੈ ਔਰ ਮੇਰੇ ਛੋਟੇ ਬਾਈ ਕੀ ਤਰ੍ਹਾਂ, ਬਹੁਤ ਪਿਆਰ ਕਰਦਾ ਹੂੰ ਮੈਂ। ਜੀ ਬਹੁਤ ਸ਼ੁਕਰੀਆ। ਅੱਛਾ ਮਹਿਤਾਬ ਬਾਈ, ਯਕੀਨ ਮੰਨ ਜੋ ਬੜਾ ਦਿਲ ਸਾਡਾ ਖੁਸ਼ ਹੋਇਆ ਸੀ ਜਦੋਂ, ਮਤਲਬ ਹਰ ਨਿਊਜ਼ ਚੈਨਲ ਤੋਂ ਵੀ ਔਰ ਕਾਫੀ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਸੀ ਨਿਊਜ਼ਾਂ ਸੁਣੀਆਂ ਨੇ, ਤੇ ਬੜਾ ਦਿਲ ਖੁਸ਼ ਹੋਇਆ ਤੇ ਕਿ ਸਾਡੇ ਕੋਟ ਮੋਮਨ ਵਿੱਚ ਵੀ ਕੋਈ ਐਸੀ ਸ਼ਖਸੀਅਤ ਹੈ ਕਿ ਜਿਹਨਾਂ ਨੂੰ ਅੱਲਾ ਪਾਕ ਨੇ ਐਡਾ ਵੱਡਾ ਦਿਲ ਦਿੱਤਾ। ਇਸ ਦੌਰ ਵਿੱਚ ਕੋਈ ਬੰਦਾ ਇੱਕ ਬੋਤਲ ਪਾਣੀ ਵਾਲੀ ਕਿਸੇ ਨੂੰ ਨਹੀਂ ਦੇਖ ਰਿਹਾ ਜੀ, ਲੇਕਿਨ ਇਹ ਅੱਲਾ ਪਾਕ ਦੀ ਤਰਫੋਂ ਤੁਹਾਡੇ ਦਿਲ ਵਿੱਚ ਜਿਹੜਾ ਉਹ, ਅਤੇ ਤੁਸੀਂ ਬਹੁਤ ਵੱਡਾ ਕੰਮ ਕੀਤਾ, ਅੱਲਾ ਪਾਕ ਤੁਹਾਨੂੰ ਇਸ ਦਾ ਅਜਰ ਦੇਵੇ। ਅਤੇ ਅਗਰ ਤੁਸੀਂ ਵੀ ਕੋਈ ਜਿਹੜੇ ਕਈ ਮੈਰਿਜ ਹਾਲ ਮਾਲਕਾਨ ਹੁੰਦੇ ਨੇ, ਬੜੇ ਸਖਤ ਵੀ ਹੁੰਦੇ ਨੇ, ਅਤੇ ਕੋਈ ਤੁਸੀਂ ਅਗਰ ਉਹਨਾਂ ਨੂੰ ਪੈਗਾਮ ਦੇਣਾ ਚਾਹੋ ਤਾਂ ਜਨਾਬ, ਮੈਰਿਜ ਹਾਲ ਦੇ ਖਾਣਾ ਅਰੇਂਜ ਹੁੰਦਾ, ਸਭ ਕੁਝ ਹੁੰਦਾ, ਅਗਰ ਬਚ ਵੀ ਜਾਂਦਾ ਫੋਰ ਐਗਜ਼ਾਮਪਲ, ਕਈ ਲੋਕ ਵੇਸਟ ਕਰ ਦਿੰਦੇ ਨੇ, ਲੇਕਿਨ ਅਗਰ ਇਸ ਦਾ ਵੀ ਕੋਈ ਪੋਜ਼ਿਟਿਵ ਤਰੀਕਾ ਢੂੰਡਿਆ ਜਾਵੇ ਤਾਂ ਇਸ ਨਾਲ ਕਾਫੀ ਗਰੀਬ ਲੋਕਾਂ ਨੂੰ ਫਾਇਦਾ ਹੋ ਜਾਂਦਾ। ਉਹਦੇ ਬਾਈਜਾਨ ਨੇ ਮੇਰੀ ਰਿਕੁਐਸਟ ਸਭ ਤੋਂ ਪਹਿਲ ਕਿ ਅਸੀਂ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਅਦਾ ਕਰੀਏ ਕਿ ਅੱਲਾ ਸਾਨੂੰ ਇਨਸਾਨ ਬਣਾਇਆ। ਜੀ ਜੀ ਸ਼ੁਕਰ ਅਲਹਮਦੁਲਿਲਾ। ਔਰ ਉਸ ਤੋਂ ਬਾਅਦ ਫਿਰ ਅੱਲਾ ਤਾਲਾ ਦਾ ਲੱਖ ਲੱਖ ਸ਼ੁਕਰ ਅਦਾ ਕਰੀਏ ਕਿ ਅੱਲਾ ਤਾਲਾ ਸਾਨੂੰ ਆਪਣੇ ਆਖਰੀ ਨਬੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤ ਵਿੱਚ ਪੈਦਾ ਕੀਤਾ।
जी बिल्कुल सो सन बेसिक जिहड़ी चीज़ है वह बनानी चाहिए आइडियल जरा सन हज़ूर पाक सल्लम आइडियल बनाना चाहिए बेशक उन्हें जिंदगी वेखनी चाहिए है। और मैं हज़ारों वाकया तो सन लोगों भी सुने सन कि हज़ूर पाक सल्लम खाना खाने लगे तो बाहर एक भुखा आ गया आप 3 दिन तो भुखे आप अपना खाना उठा के उन्होंने दे दिता बेशक सब तो पहली गल यह है कि मेरा कुछ भी नहीं ना कोई इंसान की चीज़ है कुछ भी नहीं बेशक उन्होंने अगर दे रही है तो अल्लाह की ज़ात दे रही है अल्लाह की ज़ात दे दिते हुए अगर तुम अल्लाह की मखलूक तो लाते हो तो मेरा ख्याल है कि तुम खुशनसीब हो कि अल्लाह तुमने इस काम वास्ते सिलेक्ट किया बेशक बेशक मेरी कोई बहादुरी ना आई उस दिन जो वाकया होया मेहमान आए वो मैंने अल्लाह ताला उस काम वास्ते चुनिया कोई शक नहीं मेरी जगह तो कोई होर भी हो सकता है लेकिन पता नहीं मैं तो बहुत गुनाहगार जहा बंदा अल्लाह ताला क्यों मेरे तरह रहमत की। दूसरा तुहाडा सवाल है मैरिज हाल के मालकान नाल हर इंसान नूं चाहे वह मैरिज हाल का मालिक है चाहे वह डेरे का मालिक है चाहे उसके कोल एक बैठक है उन्हें कोशिश करनी चाहिए है कोई मेहमान आ जाए कोई मंगण वाला आ जाए अपनी हसीयत के बसात के मुताबिक वो दी खिदमत करे। अगली गल ये मेरिज हाल के बारे में कि मेरी जी रूटीन है वह है कि खाना अगर वध जाए सब तो पहले है कि जो पार्टी जो मेहमान जो आए होंगे जिन्हों का फंक्शन होंगे मैं उन्होंने को पुछदा कि तुहाडे घर शाम के मेहमान कितने ठीक है जी अगर उन्होंने मेहमान हो मस्ट है कि वह दिन खा के जान तो शाम का लैके जा बिल्कुल जो बचता कोशिश करी दी उन्होंने दे दी जी जी। फिर साडा मेरे को स्टाफ है 40-50 बंदा उन्हें भी खाना खाना होंगे मैं पहली गल है कि इजाफी पकवाना मेरी कोशिश होंगी कि मेरे स्टाफ भी फ्रैश खाना खावे अगर फिर भी किसी वजह तो मेहमान ज़्यादा हो जाते घटे स्टाफ का रख के उस तो बाद जी पहली रूटीन है कि जितने लोकल मुलाजमीन इतने काम करते हैं सारे गरीब लोग उन्होंने खाने के पार्सल बनवाना वो राती जान लगे हाँ हर बंदा अपने हिस्से का लैके जाता सही है अगर उस तो भी बदले तो फिर कोशिश करी दी आस पास गरीब लोग सर्दियों में किन्नू फैक्ट्रिया मुल्तानी मुजफ्फरगढ़ तो लोग आए बिल्कुल बिल्कुल उन्होंने डिलीवर कर देवी मदरसियाँ डिलीवर कर देवी रोज़ाना सुबह 10 बजे एक बिरयानी की देख तैयार करके फंक्शन तो पहल वो मुख्तलिफ फेरियों में तकसीम करवाना माशाल्लाह बस मैं यही गुजारिश कर सकता एज ए मुसलमान जो साडे फराइज़ हैं जी साडी आइडियल शख्सियत है हज़ूर पाक सल्लम उन्होंने फॉलो करते हुए वो अपने हिस्से का खाना भी लोगों दे देंगे जी हाँ बेशक तो तुम अगर बदले बच्चों देना तो कोई हरज नहीं होनी चाहिए तो खुशी वाले कारनामा सर अंजाम देना चाहिए जी जी सर बड़ा दिल खुश होया साडा ये तुसी साडा नहीं बल्कि पूरे कोट मोहम्मद का जोड़ा वो नाम पूरी दुनिया च रोशन किया है इसी तरह होर लोगों भी जोड़े भी साड़ी वीडियो वेख रहे हैं मैसेज सुन रहे हैं उन्होंने भी उन्होंने दिल में अल्लाह पाक इतनी हिम्मत देवे उन्होंने तौफीक देवे कि जोड़े मुसाफर या मेहमान वगैरह होन उन्होंने बढ़ चढ़ के ख्याल रख्या जाए और उन्होंने खाना खिलाया जाए ठीक है ते बहुत फाइनल रिक्वेस्ट है कारी साहब दे चैनल नो जनाब तुसी प्रमोट करो सर बहुत शुक्रिया बहुत तुहाडे एक इस छोटे जे अमल दी वजह तो किसी बंदे दी हेल्प हुंदी है अगर वो प्रमोट हुंदा ओदा सवाब भी तुहानू कयामत तक मिल सर बहुत शुक्रिया मेरी तरफों भी ते पूरे कोट मोहम्मद दी तरफों भी तुहानू खराज तहसीन जनाब ते इत्थे वीडियो डकदे आ इंशाल्लाह बहुत जल्द नई वीडियो दे नाल हाजिर होने आ इतने तक सानू दी इजाजत बहुत शुक्रिया अल्लाह हाफिज़।